ਅਜੀਤ ਵੈਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਕੁਲਬੀਰ ਸਿੰਘ ਬੁੱਲੇਵਾਲ। ਪਿਆਰੇ ਦੋਸਤੋ, ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੇ ਅਲੰਬਰਦਾਰ ਅਦਾਰਾ ਅਜੀਤ ਦੇ ਉਪ ਦਫ਼ਤਰ ਬਟਾਲਾ ਦੇ ਵਿੱਚ। ਇਸ ਵੇਲੇ ਸਾਡੇ ਨਾਲ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੁਨੀਲ ਕੁਮਾਰ ਜਾਖੜ ਜੀ। ਉਹਨਾਂ ਨੂੰ ਅਸੀਂ ਅਜੀਤ ਉਪ ਦਫ਼ਤਰ ਬਟਾਲਾ 'ਚ ਆਉਣ 'ਤੇ ਅਸੀਂ ਅਦਾਰਾ ਅਜੀਤ ਦੀ ਸਮੁੱਚੀ ਟੀਮ ਵੱਲੋਂ ਨਿੱਘੀ ਜੀ ਆਇਆਂ ਆਖਦੇ ਹਾਂ। ਜਾਖੜ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਵੱਲੋਂ ਪੂਰੀ ਨਿੱਘੀ ਜੀ ਆਇਆਂ ਜੀ। ਬਹੁਤ ਬਹੁਤ ਧੰਨਵਾਦ, ਤੁਹਾਡਾ ਬੜਾ ਭਾਰੀ ਹੈ, ਮਤਲਬ ਮੌਕਾ ਦਿੱਤਾ ਤੁਹਾਡੇ ਰਾਹੀਂ ਤੁਹਾਡੇ ਸ਼ਰੋਤਾਵਾਂ ਨਾਲ ਅਤੇ ਤੁਹਾਡੇ ਪਾਠਕਾਂ ਨਾਲ ਗੱਲ ਕਰਨ ਦਾ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਜਾਖੜ ਸਾਹਿਬ, ਗੱਲਬਾਤ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ ਪੰਜਾਬ ਦੇ ਵਿੱਚ ਬੜੇ ਜਿਹੜੇ ਇੱਕ ਕਰੰਟ ਇਸ਼ੂ ਦੇ ਨਾਲ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਕਾਂਗਰਸ ਪਾਰਟੀ ਉੱਪਰ ਜਿਹੜੀ ਪੰਜਾਬ ਗੌਰਮੈਂਟ ਉਹਦੇ 'ਤੇ ਧੱਕੇਸ਼ਾਹੀਆਂ ਦੇ ਦੋਸ਼ ਲਾਉਂਦਿਆਂ ਧਰਨੇ ਦਿੱਤੇ ਜਾ ਰਹੇ, ਆਵਾਜਾਈ ਠੱਪ ਕੀਤੀ ਜਾ ਰਹੀ ਹੈ, ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਜੀ? ਆ ਇੱਕ ਬੜਾ ਹੀ ਵਿਡੰਬਨਾ ਜਿਹਨੂੰ ਕਹਿੰਦੇ ਆ ਨਾ, ਇਸ ਆਇਰਨੀ ਡੈਸਟਨੀ ਦੇਖ ਲਓ, ਜਿਵੇਂ ਕਹਿੰਦੇ ਨਾ, ਮੈਂ ਇਫ ਆਈ ਵਾਜ਼ ਅ ਲੇਮੈਨ, ਅਗਰ ਮੈਂ ਰਾਜਨੀਤਿਕ ਤੌਰ 'ਚ ਇਨਵੋਲਵ ਨਾ ਹੁੰਦਾ ਅਤੇ ਇੱਕ ਆਮ ਪੰਜਾਬ ਦੇ ਨਾਗਰਿਕ ਦੇ ਤੌਰ 'ਤੇ ਕਹਿੰਦਾ, ਤਾਂ ਮੈਂ ਕਹਿਣਾ ਵੀ ਸੀ ਵੀ ਆ ਜਾਇਆ ਹੈ ਊਂਟ ਪਹਾੜ ਕਿਤਲੇ, ਜੋ ਇਹਨਾਂ ਨੇ ਬੀਜਿਆ ਸੀਗਾ ਅੱਜ ਉਹ ਕੱਟ ਰਹੇ। ਆ ਜੋ ਗੁੰਡਾਗਰਦੀ ਹੋਈ ਕੱਲ੍ਹ, ਜਿਸ ਗੁੰਡਾਗਰਦੀ ਨੂੰ ਲੈ ਕੇ ਜਿਹੜੇ ਪਰਚੇ ਹੋਏ, ਜਿਨ੍ਹਾਂ ਨੂੰ ਵਿਰੋਧ 'ਚ ਅੱਜ ਸੁਖਬੀਰ ਬਾਦਲ ਜੀ ਅਤੇ ਮਜੀਠੀਆ ਸਾਹਿਬ ਬੈਠੇ ਆ ਧਰਨਿਆਂ ਦੇ ਉੱਤੇ, ਆ ਰਾਜਨੀਤੀ ਦਾ ਅਪਰਾਧੀਕਰਨ, ਕ੍ਰਿਮੀਨਲਾਈਜੇਸ਼ਨ ਆਫ ਪੋਲੀਟਿਕਸ, ਆਹ ਜਿਹੜੇ ਬੀਜ ਹੈ ਅਕਾਲੀਆਂ ਨੇ 10 ਸਾਲਾਂ 'ਚ ਬੋਏ, ਅਤੇ ਵੈਸੇ ਕਹਿਣ 'ਚ ਮੈਨੂੰ ਬਿਲਕੁਲ ਸੰਕੋਚ ਨਹੀਂ। ਇਹਦੇ ਵਿੱਚ ਡਾਇਰੈਕਟ ਰਿਸਪੋਂਸੀਬਿਲਟੀ ਇਹਨਾਂ ਦੋਨਾਂ ਦੀ, ਸੁਖਬੀਰ ਜੀ ਦੀ ਅਤੇ ਮਜੀਠੀਆ ਜੀ ਦੀ ਵੀ। ਇਹਨਾਂ ਨੇ ਗਲਤ ਜਿਹੜੇ ਲੋਕ ਸੀਗੇ, ਇਹਨਾਂ ਦੇ ਉਹ ਡੰਡਾ ਟੈਕਸ ਇਕੱਠੇ ਕਰਨ ਵਾਲੇ, ਚਾਹੇ ਉਹ ਚਿੱਟਾ ਵੇਚਣ ਵਾਲੇ ਲੋਕ ਸੀਗੇ, ਚਾਹੇ ਉਹ ਦਾਰੂ ਵੇਚਣ ਵਾਲੇ ਸੀਗੇ, ਅਤੇ ਚਾਹੇ ਆ ਰੇਤਾ ਵੇਚਣ ਵਾਲੇ ਸੀ, ਉਹਨਾਂ ਨੇ ਇੱਕ ਫੌਜ ਇਕੱਠੀ ਕੀਤੀ। ਉਸ ਫੌਜ ਦੇ ਕੁਛ ਲੋਕ ਜਦੋਂ ਅੱਜ ਧੱਕਾਸ਼ਾਹੀ ਕਰ ਰਹੇ ਸੀਗੇ, ਤਾਂ ਉਹਨਾਂ ਦੇ ਕੈਪਟਨ ਸਾਹਿਬ ਦੇ ਰੂਲ ਆਫ ਲਾਅ ਅਤੇ ਪੁਲਿਸ ਨੂੰ ਜਿਹੜੀ ਉਹਨਾਂ ਨੇ ਡੀਪੋਲੀਟੀਸਾਈਜ਼ ਕੀਤਾ, ਉਦੋਂ ਜਦੋਂ ਪੁਲਿਸ ਦਾ ਹੱਥ ਪਿਆ ਅਤੇ ਅੱਜ ਉਸ ਗੱਲ ਨੂੰ ਲੈ ਕੇ ਉਹ ਕਰ ਰਹੇ ਹੈ। ਪਰ ਆਪਣਾ ਸਮਾਂ ਭੁੱਲ ਗਏ ਸੁਖਬੀਰ ਜੀ, ਜਦੋਂ ਇਹਨਾਂ ਦੇ ਟਾਈਮ 'ਚ ਜਦੋਂ ਪੋਲ ਹੋਈਆਂ, 2 ਮਿਊਨਸੀਪਲ ਚੋਣਾਂ ਹੋਈਆਂ, ਕਾਂਗਰਸ ਦੇ ਲੋਕਾਂ ਨੂੰ ਤਾਂ ਇਹਨਾਂ ਨੇ ਕਿਤੇ ਨੇੜੇ ਨਹੀਂ ਲੱਗਣ ਦਿੱਤਾ, ਉਹਨਾਂ ਦੇ ਪਰਚੇ ਦਾਖਲ ਹੀ ਨਹੀਂ ਹੋਏ। ਧੱਕੇਸ਼ਾਹੀ ਦੇ ਤਾਂ ਦੂਰ ਦੀ ਗੱਲ ਹੈ, ਉਹਨਾਂ ਦੇ ਰਿਜੈਕਟ ਕਰਤੇ ਗਏ, ਜਿਨ੍ਹਾਂ ਨੇ ਕੋਈ ਹਿੰਮਤ ਕੀਤੀ ਉਹਨਾਂ ਦੀ ਲੱਤਾਂ ਬਾਹਾਂ ਤੋੜੀਆਂ ਗਈਆਂ, ਉਹਨਾਂ ਦੇ ਪਰਚੇ ਨਹੀਂ ਦਰਜ ਕੀਤੇ ਗਏ। ਬਟ ਅਸੀਂ ਟਿਟ ਫੋਰ ਟੈਟ ਵਾਲੀ ਪੋਲਿਸੀ 'ਚ ਨਹੀਂ ਯਕੀਨ ਕਰਦੇ। ਦੇਖੋ ਜੋ ਕੁਛ ਵੀ ਹੈ, ਧੱਕਾ ਇਹਨਾਂ ਨੇ ਕੀਤਾ, ਪੁਲਿਸ ਹੈਜ਼ ਟੇਕਨ ਦਾ ਰਾਈਟ ਸਟੈਪਸ। ਇਹਨਾਂ ਦੇ ਜਿਹੜੇ ਲੋਕ, ਉਹਨਾਂ ਦਾ ਪਿਛੋਕੜ ਦੇਖੋ, ਜਿਹਨਾਂ ਦੇ ਉੱਤੇ 307 ਦੇ ਪਰਚੇ ਦਰਜ ਹੋਏ, ਫਾਇਰਿੰਗ ਕੀਤੀ, ਪਰਚੇ ਦਰਜ ਹੋਏ। ਐਂਡ ਈਵਨ ਨਾਓ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਹੈ, ਉਹਨਾਂ ਕ੍ਰਾਈਮ ਬਿਊਰੋ ਜਿਹੜਾ ਹੈਗਾ, ਜਿਹੜਾ ਦੇਖ ਕੇ ਇਹਦੀ ਇਨਵੈਸਟੀਗੇਟ ਕਰੂਗਾ। ਸੱਚਾਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆਜੂਗਾ। ਬਟ ਸਭ ਤੋਂ ਜਿਹੜਾ ਮੇਨ ਪੁਆਇੰਟ ਜਿਹੜਾ ਮੈਂ ਕਹਿਣਾ ਚਾਹੁੰਦਾ, ਜੋ ਕੁਛ ਕੱਲ੍ਹ ਰਾਤ ਹੋਇਆ, ਜੋ ਸ਼ਬਦਾਵਲੀ ਖਾਸ ਕਰਕੇ ਸੁਖਬੀਰ ਬਾਦਲ ਜੀ ਨੇ ਇਸਤੇਮਾਲ ਕੀਤੀ ਹੈ, ਜੋ ਧੌਂਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਮੈਂ ਸਾਰੇ ਅਕਾਲੀ ਸਾਥੀਆਂ ਨੂੰ, ਕਿਉਂਕਿ ਉਹ ਜਿਹੜਾ ਸੁਖਬੀਰ ਜੀ ਪੁਲਿਸ ਕੰਨੀ ਨਹੀਂ ਸੀ, ਉਹ ਆਪਣੇ ਉਹਨਾਂ ਲੋਕਾਂ ਨੂੰ, ਉਹਨਾਂ ਨੂੰ ਮੈਂ ਇੰਨਾ ਕਹਿਣਾ ਚਾਹੂੰਗਾ, ਸੁਖਬੀਰ ਜੀ ਵੀ ਇਸ ਗੱਲ ਦਾ ਨੋਟ ਕਰ ਲੈਣ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸ਼ਰਾਫਤ, ਕੈਪਟਨ ਅਮਰਿੰਦਰ ਸਿੰਘ ਜੀ ਦਾ ਨੋ ਵੰਡੈਟਾ ਜਿਹੜੀ ਪੋਲਿਸੀ ਹੈ, ਉਹਨੂੰ ਕੈਪਟਨ ਸਾਹਿਬ ਦੀ ਕਮਜ਼ੋਰੀ ਨਾ ਸਮਝ ਲੈਣ ਕਿਤੇ। ਕੈਪਟਨ ਸਾਹਿਬ ਡਜ਼ ਨਾਟ ਬੈਂਡ ਟੂ ਐਨੀ ਕਾਇੰਡ ਆਫ ਦਿਸ ਕਾਇੰਡ ਆਫ ਕੁਸ਼ਚਨ, ਨਾ ਇੱਧਰ ਸਾਡੀ ਪੁਲਿਸ ਇਸ ਗੱਲ ਦੇ ਸਾਹਮਣੇ ਝੁਕੂਗੀ, ਲਾਅ ਵਿਲ ਟੇਕਸ ਓਨ ਕੋਰਸ, ਅਤੇ ਉਹ ਤਰੀਕੇ ਨਾਲ ਉਸ ਮਸਲੇ ਨੂੰ ਫੋਲੋ ਕਰਨ, ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਊਗਾ। ਪੀਪਲ ਆਫ ਪੰਜਾਬ ਟੂਡੇ ਵਾਂਟ ਅ ਰੂਲ ਆਫ ਲਾਅ, ਉਹ ਅਸੀਂ ਐਸਟੈਬਲਿਸ਼ ਕਾਂਗਰਸ ਪਾਰਟੀ ਕਰਕੇ ਦੇਊਗੀ। ਜਾਖੜ ਸਾਹਿਬ, ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਕਿ ਕੈਪਟਨ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਪਾਬੰਦ ਹੈ। ਇਸ ਵੇਲੇ ਅਸੀਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ, ਕਿ ਸਰਕਾਰ ਜਿਹੜੀ ਆ ਆਰਥਿਕ ਸੰਕਟ 'ਚੋਂ ਗੁਜ਼ਰ ਰਹੀ ਹੈ, ਕਿਹੋ ਜਿਹੜੇ ਉਪਰਾਲੇ ਆ ਸਰਕਾਰ ਵੱਲੋਂ ਮਤਲਬ ਕੀਤੇ ਜਾ ਰਹੇ ਆ, ਕਿਹੜੀਆਂ ਯੋਜਨਾਵਾਂ ਰਾਹੀਂ ਜਿਹੜੇ ਸਾਧਨ ਜੁਟਾਏ ਜਾ ਰਹੇ ਆ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਨੂੰ ਅੱਗੇ ਤੋਰਿਆ ਜਾ ਸਕੇ? ਦੋ ਪਹਿਲੂ ਇਹਦੇ। ਪਹਿਲਾਂ ਤਾਂ ਤੁਸੀਂ ਜਿਹੜੇ ਕਿਹਾ, ਬਿਲਕੁਲ ਯੂ ਆਰ ਰਾਈਟ, ਹਿੱਟ ਦਾ ਨੇਲ ਔਨ ਦਾ ਹੈੱਡ ਜੇ ਹੈ ਵੀ ਅੱਜ ਆਰਥਿਕ ਜਿਹੜੇ ਹਾਲਾਤ ਬਹੁਤ ਮਾੜੇ ਆ। ਮੈਂ ਉਹ ਸ਼ੇਰ ਨੂੰ ਆਈ ਐਮ ਟੇਕਿੰਗ ਦਾ ਲਿਬਰਟੀ, ਹੈ ਤਾਂ ਵੀ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ, ਪਰ ਮੈਂ ਕਹੂੰਗਾ ਵੀ ਛੋਟੇ ਮੀਆਂ ਤੋਂ ਛੋਟੇ ਮੀਆਂ, ਬੜੇ ਮੀਆਂ ਸੁਭਾਨ ਅੱਲਾ। ਅਕਾਲੀਆਂ ਨੇ ਤਾਂ ਜੋ ਸਾਡਾ ਇਕੋਨਮੀ ਦਾ, ਖਜ਼ਾਨੇ ਦਾ ਬਾਟਾ ਮਾਂਜ ਕੇ ਛੱਡਿਆ ਸੀ, ਉਹ ਤਾਂ ਛੱਡਿਆ ਹੀ ਸੀਗਾ। ਆਹ ਜਿਹੜਾ ਇਹਨਾਂ ਨੇ ਕੀਤਾ, ਕੇਂਦਰ ਸਰਕਾਰ ਨੇ, ਸਾਡੀ ਦਿੱਲੀ 'ਚ ਬੈਠੀ NDA ਗੌਰਮੈਂਟ, ਮੋਦੀ ਸਾਹਿਬ ਦੀ ਸਰਕਾਰ ਨੇ, ਵੀ ਜੂਨ ਮਹੀਨੇ ਦਾ ਸਾਡਾ ਜਿਹੜਾ GST ਦੀ ਕੁਲੈਕਸ਼ਨ ਸੀਗੀ, 3600 ਰੁਪਈਆ ਸਾਡਾ
ਅੱਜ 4 ਮਹੀਨੇ 5 ਮਹੀਨੇ ਹੋ ਗਏ, ਅੱਜ ਉਹ ਵੀ ਰੁਕੀ ਬੈਠੇ ਆ। ਪਰਸੋਂ ਪੈਸਾ ਰਿਲੀਜ਼ ਕੀਤਾ ਹੈ, ਇੰਨਾ ਟਾਈਮ ਪਾ ਕੇ ਜਦੋਂ ਪੰਜਾਬ ਸਰਕਾਰ ਕੋਲ ਤਨਖਾਹ ਦੇਣ ਨੂੰ ਵੀ ਪੈਸੇ ਹੈ ਨਹੀਂ। ਦਿਸ ਆਹ ਜਿਹੜੀ ਇੱਕ ਪਾਸੇ ਗੱਲਾਂ ਕਰਦੇ ਆ ਵੀ ਅਸੀਂ ਆਪਸ 'ਚ ਮਿਲ ਕੇ ਚਲਾਵਾਂਗੇ ਮੁਲਕ, ਇਹ ਨਹੀਂ ਚੱਲਦੇ ਹੁੰਦੇ। ਮੁਲਕ ਵਾਸਤੇ ਡਾਕਟਰ ਮਨਮੋਹਨ ਸਿੰਘ ਵਰਗੇ ਲੋਕਾਂ ਦੀ ਵੱਡੇ ਫਰਾਖ ਦਿਲ ਅਤੇ ਉਹ ਸੂਝ ਬੂਝ ਕਾਬਲੀਅਤ ਚਾਹੀਦੀ ਹੈ, ਬਟ ਦਿਸ ਇਜ਼ ਦੇਅਰ ਥਿੰਕਿੰਗ। ਆ BJP ਦੀ ਛੋਟੀ ਸੋਚ ਦਾ ਨਤੀਜਾ ਹੈ ਵੀ ਆ ਇਸ ਤਰ੍ਹਾਂ ਦੀ ਟਿੰਕਰਿੰਗ ਕਰ ਰਹੇ। ਦੇ ਆਰ ਹਾਰਮਿੰਗ ਨੋਟ ਜਸਟ ਪੰਜਾਬ, ਪੰਜਾਬ ਦਾ ਨਹੀਂ ਕਾਣ ਕਰ ਰਹੇ, ਪੂਰੇ ਹਿੰਦੁਸਤਾਨ ਦਾ ਕਾਣ ਕਰ ਰਹੀ ਹੈ ਜੀ ਛੋਟੀ ਸੋਚ ਦੇ ਨਾਲ। ਜਿੱਥੇ ਤਾਈਂ ਕੀ ਪ੍ਰਬੰਧ ਸਰਕਾਰ ਕਰ ਰਹੀ ਹੈ, ਸਰਕਾਰ ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਆ ਉਹ ਜਿਹੜੀ ਆਪਣੀ ਕਮਿਟਮੈਂਟਸ ਹੈ, ਖਾਸ ਕਰਕੇ ਉਹ ਕਿਸਾਨ ਪਰਿਵਾਰਾਂ ਨਾਲ, ਕਿਸਾਨਾਂ ਨਾਲ ਜੋ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਹੋ ਰਹੇ ਹੈ, ਉਹਦੇ ਵਾਸਤੇ ਪੰਜਾਬ ਸਰਕਾਰ ਨੇ ਕਰੀਬਨ 5600 ਕਰੋੜ ਰੁਪਏ ਦੀ ਪੈਸੇ ਦਾ ਇੰਤਜ਼ਾਮ ਕੀਤਾ, ਉਹਦੀ ਸੈਂਕਸ਼ਨ ਹੋ ਗਈ, ਇਨ ਪ੍ਰਿੰਸੀਪਲ ਜਿਹੜੀ ਕਾਗਜ਼ੀ ਕਾਰਵਾਈ ਹੋ ਰਹੀ ਹੈ, ਅਤੇ ਸਾਨੂੰ ਉਮੀਦ ਹੈ ਵੀ ਇਸ ਦਸੰਬਰ ਮਹੀਨੇ ਦੇ ਅੰਦਰ ਅੰਦਰ ਉਹਦੀ ਡਿਸਬਰਸਲ ਜਿਹੜੀ ਹੈ ਚਾਲੂ ਹੋ ਜੂਗੀ। ਕੋਆਪਰੇਟਿਵ ਬੈਂਕਸ ਦੇ ਜਿਹੜੇ ਆ ਪੁਰਾਣੇ ਖਾਤੇ, ਉਹਨਾਂ ਦੇ ਜੋ ਦੋ ਲੱਖ ਰੁਪਏ ਤਾਈਂ ਦੇ ਸੀਗੇ, ਉਹ ਕਲੀਅਰ ਕਰਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਤੇ ਬਾਕੀ ਵੀ ਜਿਹੜੇ ਸਾਡੇ ਵਾਅਦੇ ਆ, ਜਿਸ ਤਰ੍ਹਾਂ ਨੌਜਵਾਨਾਂ ਨੂੰ ਮੋਬਾਈਲ ਦੇਣ ਦੀ ਗੱਲ ਹੈ, ਉਹਦੇ ਵੀ ਸਾਡੀ ਨੈਗੋਸ਼ੀਏਸ਼ਨ ਆਰ ਐਟ ਐਡਵਾਂਸ ਸਟੇਜ, ਐਂਡ ਦੂਜੇ ਪਾਸੇ ਉਹ ਰਿਸੋਰਸਿਸ ਵਿਦ ਅ ਮਿਨੀਮਮ ਬਰਡਨ ਆਮ ਬੰਦੇ 'ਤੇ ਘੱਟ ਤੋਂ ਘੱਟ ਬੋਝ ਪਾ ਕੇ ਰਿਸੋਰਸਿਸ ਰੇਜ਼ ਕਰਨ ਦਾ, ਅਤੇ ਆਪਣੇ ਜਿਹੜੇ ਖਰਚੇ ਆ ਘਟਾਉਣ ਵਾਸਤੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜੱਖ ਸਾਹਿਬ, ਤੁਸੀਂ ਗੱਲ ਕੀਤੀ ਹੈ ਦਸੰਬਰ ਮਹੀਨੇ ਦੀ, ਕਿ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਕਿਸਾਨਾਂ ਦਾ ਕਰਜ਼ਾ ਉਹ ਮਾਫ਼ ਕਰਨ ਦੀ ਜਿਹੜੀ ਤਿਆਰੀ ਹੈ ਪੂਰੀ ਤਰ੍ਹਾਂ, ਅਤੇ ਦਸੰਬਰ ਮਹੀਨੇ ਦੇ ਵਿੱਚ ਇੱਕ ਹੋਰ ਫੈਸਲਾ ਪੰਜਾਬ ਗੌਰਮੈਂਟ ਲੈ ਰਹੀ ਹੈ, ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਵਾਧਾ ਹੋ ਰਿਹਾ। ਅਸੀਂ ਕਿਉਂਕਿ ਤੁਸੀਂ ਇਸ ਟਾਈਮ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪ੍ਰਤੀਨਿਧਤਾ ਕਰ ਰਹੇ ਹੋ, ਅਸੀਂ ਇਹ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ ਚਾਹਾਂਗੇ ਕਿ ਤੁਸੀਂ ਇਸ ਮੰਤਰੀ ਮੰਡਲ ਦੇ ਵਾਅਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੂੰ ਕਿੰਨੀ ਕੁ ਪ੍ਰਤੀਨਿਧਤਾ ਜਿਹੜੀ ਉਹ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ। ਦੇਖੋ, ਮੈਂ ਸਮਝਦਾ ਵੀ ਅੱਜ ਦੇ ਦਿਨ ਆਫਟਰ ਪਟਿਆਲਾ ਅਗਰ ਕਿਸੇ ਜ਼ਿਲ੍ਹੇ ਨੂੰ ਉੱਥੇ ਰਿਪ੍ਰਜੈਂਟੇਸ਼ਨ ਮਿਲੀ ਹੈ ਤਾਂ ਸਾਡੇ ਦੋ ਵਜ਼ੀਰ ਇੱਥੋਂ ਹੈਗੇ, ਅਤੇ ਕੈਪਟਨ ਸਾਹਿਬ ਸਾਰੇ ਜੀਓਗ੍ਰਾਫਿਕਲ ਜਿਹੜੇ ਹੈ ਅਤੇ ਬਾਉਂਡਰੀਜ਼, ਇਹਨਾਂ ਨੂੰ ਧਿਆਨ 'ਚ ਰੱਖ ਕੇ, ਸਾਡਾ ਜਿਹੜਾ ਫੈਬਰਿਕ ਹੈ, ਸੋਸ਼ਲ ਫੈਬਰਿਕ ਹੈ, ਉਹਨੂੰ ਧਿਆਨ 'ਚ ਰੱਖ ਕੇ, ਕੈਪੇਬਿਲਿਟੀਜ਼ ਨੂੰ ਧਿਆਨ ਰੱਖ ਕੇ, ਏਰੀਏ ਦੀ ਡਿਵੈਲਪਮੈਂਟ ਨੂੰ ਧਿਆਨ ਕਰਕੇ ਹਰੇਕ ਪੱਖੋਂ ਉਹਨਾਂ ਨੇ ਕਰਨਾ। ਬਟ ਕਿਹਨੂੰ ਲੈਂਦੇ ਹੈ ਨਹੀਂ ਲੈਂਦੇ ਹੈ, ਦੈਟ ਇਜ਼ ਟੋਟਲੀ ਦਾ ਪ੍ਰੈਰੋਗੇਟਿਵ ਦਾ ਚੀਫ ਮਿਨਿਸਟਰ ਐਂਡ ਰਾਹੁਲ ਗਾਂਧੀ ਜੀ, ਉਹ ਬੈਠ ਕੇ ਫੈਸਲਾ ਕਰਨਗੇ, ਉਹਦੇ 'ਤੇ ਉਹਨਾਂ ਨੇ ਕਰਨਾ। ਬਟ ਓਬਵੀਅਸਲੀ ਸਾਡੀ ਚੋਇਸ ਹੋਊਗੀ ਵੀ ਮੈਕਸੀਮਮ ਰਿਪ੍ਰਜੈਂਟੇਸ਼ਨ ਸਾਡੇ ਬਾਰਡਰ ਏਰੀਏ ਦੇ ਲੋਕਾਂ ਨੂੰ ਮਿਲਣ, ਕਿਉਂਕਿ ਅਸੀਂ ਜੇ ਇੰਡਸਟਰੀ ਤੋਂ ਵਾਂਝੇ ਰਹਿ ਗਏ ਤਾਂ ਘੱਟੋ ਘੱਟ ਜਿਹੜੀ ਹੈ ਪੋਲੀਟੀਕਲ ਪਾਵਰ ਸਾਡੇ ਕੋਲ ਆਵੇ, ਤਾਂ ਕਿ ਅਸੀਂ ਉਹਦਾ ਇਸਤੇਮਾਲ ਕਰਕੇ ਆਪਣੇ ਇੱਥੇ ਬੇਰੋਜ਼ਗਾਰ ਜਿਹੜੇ ਨੌਜਵਾਨ ਹੈ ਉਹਨਾਂ ਵਾਸਤੇ ਕੋਈ ਸਾਧਨ ਕਰ ਸਕੀਏ, ਕੋਈ ਕਿਸਾਨਾਂ ਦੀ ਕੋਈ ਹੋਰ ਇੰਡਸਟਰੀ ਦੀ ਜੀ ਔਕੜਾਂ ਉਹਨੂੰ ਦੂਰ ਕਰ ਸਕੀਏ। ਅਸੀਂ ਇਹਦੇ 'ਚ ਸਮਝ ਸਕਦੇ ਹਾਂ ਕਿ ਇਹ ਪਾਰਟੀ ਜਿਹੜੀ ਉਹ ਪੱਬ ਬੋਚ ਬੋਚ ਕੇ ਧਰ ਰਹੀ ਹੈ ਵੀ ਕੋਈ ਇਹਦੇ ਵਿੱਚ ਕੋਈ ਡਿਫਰੈਂਸਿਸ ਵੀ ਨਾ ਹੋ ਜਾਣ। ਜਿਵੇਂ ਕਿ ਮੈਂ ਅਸੀਂ ਗੱਲ ਕਰਦੇ ਹਾਂ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਹੋਈਆਂ, ਉਹਦੇ 'ਚ ਪਾਰਟੀ ਦੇ ਮਤਭੇਦ ਵੇਖਣ ਨੂੰ ਮਿਲੇ ਆ ਕਿਉਂਕਿ ਕਈ ਉਮੀਦਵਾਰਾਂ ਨੇ ਆਜ਼ਾਦ ਚੋਣ ਲੜਨ ਦੀ ਵੀ ਗੱਲ ਕੀਤੀ ਹੈ, ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਐਜ਼ ਏ ਮੈਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਪਾਰਟੀ ਦੀ ਪ੍ਰਧਾਨਗੀ ਦੀ, ਉਸ ਨਜ਼ਰੀਏ ਨਾਲ ਤਾਂ ਮੈਂ ਦੇਖੂੰਗਾ ਵੀ ਆਹ ਦਿਸ ਸ਼ੋਜ਼ ਆਰ ਪਾਰਟੀ ਸਟਰੈਂਥ, ਵੀ ਸਾਡੇ ਕੋਲ ਜਿਹੜਾ ਪੂਲ ਹੈ ਆਫ ਟੈਲੈਂਟਿਡ ਵੈਲ ਡਿਜ਼ਰਵਿੰਗ ਲੋਕਾਂ ਦਾ ਪੂਲ ਜਿਹੜਾ ਬਹੁਤ ਵੱਡਾ ਹੈ, ਅਤੇ ਓਬਵੀਅਸਲੀ ਜਦੋਂ ਦੇਣ ਵਾਲੀ ਸੀਟਾਂ ਤੁਹਾਡੇ ਕੋਲ ਨੰਬਰਡ ਹੈ, ਕੈਬਨਿਟ ਬਰਥਸ ਆਰ ਨੰਬਰ, ਆਫਕੋਰਸ ਦੇਰ ਆਰ ਪੀਪਲ ਹੂ ਆਰ ਡਿਜ਼ਰਵਿੰਗ, ਸਭ ਤੋਂ ਵੱਡੀ ਗੱਲ ਹੈ ਵੀ ਉਹ ਕਾਬਲ ਹੈ, ਉਹ ਯੋਗ ਹੈ, ਉਹਨਾਂ ਦਾ ਹੱਕ ਬਣਦਾ, ਸੋ ਕਿਸੇ ਨੂੰ ਡਿਨਾਈ ਕਰੋਗੇ ਓਬਵੀਅਸਲੀ ਹਾਰਟ ਬਰਨਿੰਗ ਹੁੰਦੀ ਹੈ, ਬਟ ਦੈਟਸ ਵਟ ਲੀਡਰਸ਼ਿਪ ਇਜ਼ ਆਲ ਅਬਾਊਟ। ਇੱਕ ਵੱਡੇ ਲੀਡਰ ਦਾ ਆਏ ਵੀ ਸਾਰਿਆਂ ਨੂੰ ਨਾਲ ਲੈ ਕੇ ਇਕੱਠਾ ਚੱਲ ਸਕੇ, ਅਤੇ ਉਹ ਕਾਬਲੀਅਤ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਜੀ 'ਚ ਹੈ, ਹਰੇਕ ਆਦਮੀ ਨੂੰ ਬਣਦਾ ਉਹਦਾ ਮਾਣ ਸਤਿਕਾਰ, ਅਤੇ ਉਹਨੂੰ ਕਿਹੜੀ ਰਿਸਪੋਂਸੀਬਿਲਿਟੀ ਦੇਣੀ। ਬੇਸਿਕਲੀ ਅੱਜ ਦੇ ਦਿਨ ਜਿਹੜਾ ਤੁਸੀਂ ਕਿਹਾ ਵੀ ਖਜ਼ਾਨਾ ਖਾਲੀ ਹੈ, ਅਤੇ ਆ ਜਿਹੜਾ ਮੰਤਰੀ ਮੰਡਲ ਆ ਕਿਸੇ ਨੂੰ ਤਗਮਾ ਨਹੀਂ ਲਾ ਰਹੇ, ਉੱਤੇ ਜ਼ਿੰਮੇਵਾਰੀ ਪਾ ਰਹੇ ਹੋ, ਬੋਝ ਪਾ ਰਹੇ ਹੋ, ਉਹਨੂੰ ਦੇਖ ਕੇ ਕੈਪਟਨ ਸਾਹਿਬ ਉਹਨਾਂ ਸਾਰਿਆਂ ਦਾ ਧਿਆਨ ਰੱਖਣਗੇ। ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ, ਇਹ ਆਲ ਇੰਡੀਆ ਕਾਂਗਰਸ ਵੱਲੋਂ ਜਿਹੜੀ ਇੱਕ ਹੋਰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਨੂੰ, ਕੁੱਲ ਹਿੰਦ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਾਇਆ ਜਾ ਰਿਹਾ, ਤੁਸੀਂ ਕੀ ਸਮਝਦੇ ਹੋ ਕਿ ਰਾਹੁਲ ਗਾਂਧੀ ਹੋਰਾਂ ਦੇ ਪ੍ਰਧਾਨ ਬਣਨ ਦੇ ਨਾਲ ਪੰਜਾਬ ਨੂੰ ਜਾਂ ਸਮੁੱਚੀ ਕਾਂਗਰਸ ਨੂੰ ਜਿਹੜਾ ਉਹ ਕਿੰਨਾ ਕੁ ਬਲ ਮਿਲੇਗਾ, ਅਤੇ ਇਸ ਤੋਂ ਬਾਅਦ ਜਿਹੜਾ ਪੰਜਾਬ ਦਾ ਢਾਂਚਾ ਉਹਨੂੰ ਵੀ ਕੋਈ ਉਹਦੇ 'ਚ ਤਬਦੀਲੀ ਆਊਗੀ ਜੀ? ਬਾਕੀ ਦੇਸ਼ ਦਾ ਤਾਂ ਤੁਸੀਂ ਇੱਕ ਪਾਸੇ ਰੱਖ ਕੇ ਗੱਲ ਕਰੋ, ਜਿੱਥੇ ਤਾਈਂ ਪੰਜਾਬ ਦੀ ਮੈਂ ਗੱਲ ਕਰਾਂ, ਪੰਜਾਬ ਦਾ ਜਿਹੜਾ ਸ਼੍ਰੇਅ ਹੈ ਟੂ ਏ ਲਾਰਜ ਐਕਸਟੈਂਟ ਗੋਜ਼ ਆਲਸੋ ਟੂ ਰਾਹੁਲ ਗਾਂਧੀ, ਉਹਨਾਂ ਦਾ ਵੀ ਐਡਾ ਹੀ ਯੋਗਦਾਨ ਹੈ। ਪੰਜਾਬ ਵਾਜ਼ ਅ ਸਟੇਟ ਜਿਹਦੇ ਵਿੱਚ ਉਹਨਾਂ ਦੀ ਡਾਇਰੈਕਟ ਇੰਟਰਵੈਂਸ਼ਨ ਰਹੀ ਹੈ, ਡਾਇਰੈਕਟ ਉਹਨਾਂ ਦੀ ਇਨਵੋਲਵਮੈਂਟ ਰਹੀ ਹੈ, ਜਿੰਨੀ ਫੇਰੀਆਂ ਇੱਥੇ ਲਾ ਕੇ ਗਏ ਹੈ ਸਾਡੇ ਨਾਲ, ਉੱਥੇ ਜਦੋਂ ਨਰਮੇ ਵਾਲੀ ਚਿੱਟੀ ਮੱਖੀ ਦਾ ਜਾਂ ਨੀਲੀ ਮੱਖੀ ਦਾ ਪ੍ਰਕੋਪ ਪਿਆ ਸੀਗਾ, 2 ਦਿਨ ਪਦ ਯਾਤਰਾ ਵੀ ਉਹਨਾਂ ਨੇ ਆ ਕੇ ਕੀਤੀ, ਵਕਤ ਬਵਕਤ ਇੱਥੇ ਆ ਕੇ ਹਰਿਮੰਦਰ ਸਾਹਿਬ ਵੀ 2 ਵਾਰੀ ਆ ਕੇ ਮੱਥਾ ਟੇਕ ਕੇ ਗਏ ਹੈ, ਉਹਨਾਂ ਦਾ ਆਪਣਾ ਡਾਇਰੈਕਟ ਇੰਟਰਸਟ ਹੈ। ਅਤੇ ਆਹ ਜਿਹੜਾ ਪ੍ਰੈਜੈਂਟ ਸੈਟਅਪ ਹੈਗਾ ਪੰਜਾਬ ਦਾ, ਆਹ ਹੈਂਡ ਬਿਲਟ ਬਾਏ
ਰਾਹੁਲ ਗਾਂਧੀ ਜੀ ਕੈਪਟਨ ਸਾਹਿਬ ਦੇ ਨਾਲ ਬੈਠ ਕੇ ਬੜੇ ਸੋਚ ਸਮਝ ਕੇ ਉਹਨਾਂ ਨੇ ਬਣਾਇਆ। ਸੋ ਆਈ ਥਿੰਕ ਦਿਸ ਵਿਲ ਪੰਜਾਬ ਦਾ ਜਿਹੜਾ ਢਾਂਚਾ ਹੈ ਰਾਜਨੀਤਿਕ ਉਹ ਹੋਰ ਮਜ਼ਬੂਤ ਹੋਊਗਾ ਉਹਨਾਂ ਦੇ ਬਣਨ ਨਾਲ। ਐਜ਼ ਫਾਰ ਐਜ਼ ਸਾਰੇ ਮੁਲਕ ਦਾ ਜਿੱਥੇ ਤਾਂ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਸੀ BJP ਨੂੰ, ਮੌਕਾ ਦਿੱਤਾ ਸੀ ਬਹਿਕਾਵੇ 'ਚ ਆ ਕੇ ਮੋਦੀ ਸਾਹਿਬ ਨੂੰ, ਪਰ ਉਹ ਜਿਹੜੀ ਦੇਖੋ ਕਾਠ ਵਾਲੀ ਜਿਹੜੀ ਹਾਂਡੀ ਹੈ ਬਾਰ ਬਾਰ ਚੜ੍ਹਦੀ ਨਹੀਂ, ਅਤੇ ਇਸ ਕਰਕੇ ਲੋਕ ਹੁਣ ਜਿਹੜਾ ਲੋਕਾਂ ਦਾ ਸਬਰ ਹੈ ਉਹ ਘੜਾ ਭਰਿਆ ਬੈਠਾ, ਅਤੇ ਆਹ ਤਾਂ ਹੁਣ ਮੈਟਰ ਆਫ ਟਾਈਮ ਹੈ। ਮੇਰਾ ਉਹਨਾਂ ਦੀ ਲੀਡਰਸ਼ਿਪ ਦੇ ਸ਼ੁਭ ਸੰਕੇਤ ਜਿਵੇਂ ਕਹਿੰਦੇ ਨਾ, ਕਹਿੰਦੇ ਸਮੇਂ ਦੀ ਗੱਲ ਤਾਂ ਬਾੜ ਹੀ ਦੱਸ ਦਿੰਦੀ ਹੈ, ਪਿੰਡ ਦੀ ਤਾਂ ਬਾੜ ਹੀ ਦੱਸ ਦਿੰਦੀ ਹੈ, ਅਤੇ ਜੋ ਗੁਰਦਾਸਪੁਰ 'ਚ ਹੋਇਆ ਉਹੀ ਨਤੀਜੇ ਤੁਹਾਨੂੰ ਉੱਥੇ ਗੁਜਰਾਤ 'ਚ ਦੇਖਣ ਨੂੰ ਮਿਲਣਗੇ। ਸ਼੍ਰੀ ਰਾਹੁਲ ਗਾਂਧੀ ਜੀ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਹੜੀ ਹੈ ਪੰਜਾਬ ਦੀ ਨੌਜਵਾਨੀ ਹੈ, ਇਹਦੇ ਲਈ ਪੰਜਾਬ ਗਵਰਨਮੈਂਟ ਕੋਈ ਵਿਸ਼ੇਸ਼ ਯੋਜਨਾ ਤਿਆਰ ਕਰੇਗੀ? ਕਿਉਂਕਿ ਰਾਹੁਲ ਗਾਂਧੀ ਹੋਰਾਂ ਦਾ ਹਮੇਸ਼ਾ ਜਿਹੜੀ ਤਰਜੀਹ ਆ ਉਹ ਪੰਜਾਬ ਦੀ ਜਵਾਨੀ ਵੱਲ ਰਹੀ ਹੈ ਟੋਟਲ ਵੀ, ਕਿਉਂਕਿ ਉਹਨਾਂ ਨੇ ਜਦੋਂ ਵੀ ਚੋਣਾਂ ਹੋਈਆਂ ਯੂਥ ਨੂੰ ਬੜੀ ਪਹਿਲ ਦਿੱਤੀ ਹੈ, ਕਿ ਇਹੋ ਜਿਹੀ ਕੋਈ ਯੋਜਨਾ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ? ਆਲਰੇਡੀ ਉਹਨਾਂ ਦੇ ਏਜੰਡਾ ਸੀ, ਤੁਸੀਂ ਯਾਦ ਕਰੋ ਕਿੱਡਾ ਬਵੰਡਰ ਖੜਾ ਕੀਤਾ ਸੀ ਅਕਾਲੀਆਂ ਨੇ ਜਦੋਂ ਰਾਹੁਲ ਗਾਂਧੀ ਜੀ, ਮੈਂ ਨਾਲ ਸੀਗਾ ਜਦੋਂ ਪੰਜਾਬ ਯੂਨੀਵਰਸਿਟੀ 'ਚ ਆ ਕੇ ਉਹਨਾਂ ਨੇ ਆ ਡਰੱਗ ਚਿੱਟੇ ਵਾਲਾ ਮਸਲਾ ਚੱਕਿਆ ਸੀਗਾ, ਅਤੇ ਸਾਰੇ ਅਕਾਲੀ ਕੱਪੜਿਆਂ 'ਚ ਬਾਹਰ ਹੋ ਗਏ ਸੀਗੇ। ਅੱਜ ਉਹ ਸੱਚਾਈ ਹੈ, ਉਹਦੇ ਕਰਕੇ ਅੱਜ ਅਕਾਲੀ ਦਲ ਜਿਹੜਾ ਤੀਜੇ ਨੰਬਰ 'ਤੇ ਬੈਠਾ, ਅਤੇ ਉਹਨੂੰ ਲੈ ਕੇ ਕੈਪਟਨ ਸਾਹਿਬ ਨੇ ਆਲਰੇਡੀ ਜਿਹੜਾ ਡਰੱਗ ਸਪਲਾਈ ਚੇਨ ਹੈ ਉਹਦੀ ਕਮਰ ਤੋੜਤੀ, ਅਤੇ ਸਾਡਾ ਕੋਸ਼ਿਸ਼ ਹੈ ਵੀ ਜਿਹੜੇ ਬਚਦੇ ਮੇਨ ਜਿਹੜੇ ਵੱਡੇ ਡਰੱਗ ਸਮਗਲਰ ਹੈ ਦੇ ਓਪਰੇਟ ਬਿਹਾਈਂਡ ਦਾ ਸੀਨ ਉਹਨਾਂ 'ਤੇ ਧੋਣ 'ਚ ਹੱਥ ਪਾਇਆ ਜਾਵੇ, ਤਾਂ ਕਿ ਵੀ ਰਿਮੂਵ ਇਟ, ਜੜੋਂ ਕੱਢੀਏ ਇਸ ਸਮੱਸਿਆ ਨੂੰ, ਕਿਤੇ ਫਿਰ ਨਾ ਹਰੇ ਹੋ ਜਾਣ, ਕਿਉਂਕਿ ਲੋਕਤੰਤਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਜੇ ਗਲਤ ਅੰਸਰ ਕਿਤੇ ਫਿਰ ਤਾਕਤ ਆ ਗਈ, ਕੋਈ ਨਾ ਕੋਈ ਬੰਦਾ ਲਾਲਚ 'ਚ ਆ ਕੇ ਫਿਰ ਉਹਨਾਂ ਦੇ ਵਸ ਪੈ ਗਿਆ, ਉਹਨੂੰ ਖਤਮ ਕਰੀਏ। ਇਹਦੇ ਕਰਕੇ ਕੈਪਟਨ ਸਾਹਿਬ ਨੇ ਜਿਹੜੀ STF ਵੀ ਬਣਾਈ ਹੈ, ਉਸ ਕਰਕੇ ਅੱਜ ਕੱਲ੍ਹ ਮੈਂ ਦੇਖਿਆ ਸੁਖਬੀਰ ਜੀ ਆਪੇ ਤੋਂ ਬਾਹਰ ਹੋ ਰਹੇ ਸੀਗੇ, ਧਰਨਾ ਦਾ ਵਜ੍ਹਾ ਕੋਈ ਹੋਰ ਸੀਗੀ, ਅਤੇ ਵਰੇ ਉਹਦੇ ਉੱਤੇ STF ਪ੍ਰਧਾਨ ਦੇ ਉੱਤੇ, ਉਹ ਅਕਾਲੀਆਂ ਦੇ ਅੰਦਰ ਦਾ ਜਿਹੜਾ ਪਾਪ ਹੈ ਨਾ ਉਹ ਬੋਲਦਾ ਸੀਗਾ। ਮੈਂ ਬੜੇ ਧਿਆਨ ਨਾਲ ਸੁਣਿਆ, ਕਿਉਂਕਿ ਦੇਖੋ ਜੋ ਸ਼ਬਦ ਸੁਖਬੀਰ ਜੀ ਨੇ ਇਸਤੇਮਾਲ ਕੀਤੇ, ਡਿਪਟੀ ਚੀਫ ਨੂੰ ਛੱਡ ਇੱਕ ਆਮ ਪਿੰਡ ਦੇ ਬੰਦੇ ਨੂੰ ਸ਼ੋਭਾ ਨਹੀਂ ਦਿੰਦੇ ਜੀ ਉਹਨਾਂ ਨੇ STF ਪ੍ਰਧਾਨ ਚੀਫ ਵਾਸਤੇ ਬੋਲੇ, ਉਹ ਪਾਪ ਬੋਲ ਰਿਹਾ ਸੀ। ਉਹਨਾਂ ਨੂੰ ਪਤਾ ਸੀ ਵੀ ਆਹ ਜਿਹੜੇ ਕਦਮ ਵੱਧ ਰਹੇ ਹੈ STF ਦੇ ਜਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ, ਉਹ ਅਕਾਲੀ ਲੀਡਰਸ਼ਿਪ ਕਨੀ ਵੱਧ ਰਹੀ ਹੈ, ਇਸ ਕਰਕੇ ਬੁਖਲਾਈ ਹੋਈ ਹੈ ਅਕਾਲੀ ਲੀਡਰਸ਼ਿਪ। ਤੁਸੀਂ ਸਮਝਦੇ ਹੋ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਵੱਲੋਂ ਇਸ ਚੱਲ ਰਹੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਵੇਂ ਕਿ ਕਹਿ ਜਾ ਰਿਹਾ ਭਾਵੇਂ ਕਿ ਸਰਕਾਰ ਬਣੀ ਨੂੰ ਅਜੇ ਥੋੜ੍ਹਾ ਸਮਾਂ ਹੋਇਆ ਕਿ ਵਾਅਦੇ ਪੂਰੇ ਨਹੀਂ ਹੋ ਰਹੇ, ਵਿਕਾਸ ਕਾਰਜ ਜਿਹੜੇ ਉਹ ਨੇਪਰੇ ਚੜ੍ਹਦੇ ਨਜ਼ਰ ਨਹੀਂ ਆ ਰਹੇ, ਤੁਸੀਂ ਕੀ ਸਮਝੋ ਸਰਕਾਰ ਜਿਹੜੀ ਉਹ ਕਿੰਨੀ ਕੁ ਸਮਰੱਥ ਹੈ ਜਾਂ ਨਹੀਂ? ਦੇਖੋ ਪੋਟ ਕਾਲਿੰਗ ਦਾ ਕੈਟਲ ਬਲੈਕ, ਜਿਵੇਂ ਕਹਿੰਦੇ ਨੇ ਮੱਝ ਆਪਣਾ ਰੰਗ ਨਹੀਂ ਦੇਖਦੀ ਅਤੇ ਕਾਲੇ ਰੰਗ ਨੂੰ ਦੇਖ ਕੇ ਚਮਕਦੀ ਹੈ। 10 ਸਾਲਾਂ 'ਚ ਕਿਹੜੇ ਵਾਅਦੇ ਪੂਰੇ ਕੀਤੇ ਜਿਹੜੇ ਸਾਡੇ ਤੋਂ ਤਵੱਕੋ ਰੱਖਦੇ ਵੀ 6 ਮਹੀਨੇ 'ਚ ਵਾਅਦੇ ਪੂਰੇ ਕਰ ਜਾਣ? ਜਿੱਥੇ ਤਾਈਂ ਉਹਨਾਂ ਦੀ ਪ੍ਰਯਤਨ ਹੈ ਵੀ ਕਾਂਗਰਸ ਸਰਕਾਰ ਨੂੰ ਨਾਕਾਮਯਾਬ ਕੀਤਾ ਜਾਵੇ, ਉਹ ਤਾਂ ਬੀਜ ਕੰਡੇ ਪਹਿਲਾਂ ਹੀ ਬੋਗੇ। ਅਜੇ ਵੀ ਹੁਣ ਅਸੀਂ ਬਟਾਲੇ ਸ਼ਹਿਰ 'ਚ ਤ੍ਰਿਪਤ ਬਾਜਵਾ ਜੀ ਬੈਠੇ ਗੱਲ ਕਰ ਰਹੇ ਸੀ ਵੀ ਜਦੋਂ ਪੁਰਾਣੇ ਟਾਈਮ 'ਚ ਫੌਜਾਂ ਜਦੋਂ ਵਿਦਡਰੋਅ ਕਰਦੀਆਂ ਸੀ ਖੂਹ ਦੇ ਵਿੱਚ ਵੀ ਜ਼ਹਿਰ ਪਾ ਦਿੰਦੀਆਂ ਸੀ, ਜਿਵੇਂ ਅਮੈਰੀਕਨ ਉਹਨੂੰ ਸਕੋਰਚਡ ਅਰਥ ਪੋਲਿਸੀ ਕਹਿੰਦੇ ਹੈ। ਇਹ ਜਾਂਦੇ ਜਾਂਦੇ ਆਖਰੀ ਜਿਹੜਾ ਝਟਕਾ ਦੇ ਕੇ ਗਏ ਹੈ ਪੰਜਾਬ ਦੇ ਜਨਤਾ ਨੂੰ, ਕਾਂਗਰਸ ਸਰਕਾਰ ਨੂੰ ਨਹੀਂ, ਮੈਂ ਕਹਾਂ ਲੋਕਾਂ ਨੂੰ, ਜਿਸ ਦਿਨ ਇਹਨਾਂ ਨੇ ਸੱਤਾ ਛੱਡੀ ਹੈ, ਵੋਟਾਂ ਪਏ ਨੂੰ ਮਹੀਨਾ ਹੋ ਗਿਆ, ਉਹਦੇ ਬਾਅਦ ਜਿਹਦੇ ਰਿਜ਼ਲਟ ਆਉਣਾ ਸੀ ਇੱਕ ਦਿਨ ਪਹਿਲਾਂ 32,000 ਕਰੋੜ ਰੁਪਈਏ ਦੀ ਲਿਮਿਟ ਕਰਕੇ ਇਸਤੇਮਾਲ ਕੇਂਦਰ ਨੂੰ ਫੜਾ ਕੇ ਆਏ, ਦੈਟ ਵਾਜ਼, ਉਹ ਨਹੀਂ ਵੀ ਕੇਂਦਰ ਦੇ ਨਾਲ ਅਕਾਊਂਟ ਕਲੀਅਰ ਕਰਨੇ ਸੀ, 10 ਸਾਲਾਂ 'ਚ ਕਲੀਅਰ ਨਹੀਂ ਕੀਤੇ, ਉਹ ਤਾਂ ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਕਰਨਾ ਸੀ, ਜਾਂਦੇ ਕਰ ਗਏ। ਬਟ ਕੈਪਟਨ ਸਾਹਿਬ ਇਜ਼ ਐਨ ਏਬਲ ਲੀਡਰ, ਅਸੀਂ ਉਹਨਾਂ ਸਾਰੀ ਔਕੜਾਂ ਦੇ ਬਾਵਜੂਦ ਕੋਸ਼ਿਸ਼ ਕਰਕੇ ਪੰਜਾਬ ਨੂੰ ਲੀਹ 'ਤੇ ਪਾਵਾਂਗੇ। ਵੀ ਵਿਲ ਫੁਲਫਿਲ ਈਚ ਐਂਡ ਐਵਰੀ ਪ੍ਰੋਮਿਸ ਦੈਟ ਹੈਜ਼ ਬੀਨ ਮੇਡ। ਇਹ ਕੇਂਦਰ ਸਰਕਾਰ ਨੂੰ ਤੁਸੀਂ ਕਿੱਥੇ ਕਿ ਖੜਾ ਨਜ਼ਰ ਦੇਖਦੇ ਹੋ? ਔਰ ਜਾਂਦੇ ਜਾਂਦੇ ਜਿਹੜੀ ਕਾਂਗਰਸ ਪਾਰਟੀ ਦੀ 2019 ਦੀਆਂ ਚੋਣਾਂ ਦੀ ਜਿਹੜੀ ਤਿਆਰੀ ਆ ਉਹਦੇ ਬਾਰੇ 'ਚ ਵੀ ਕੋਈ ਜ਼ਿਕਰ ਜ਼ਰੂਰ ਕਰੋ। ਲੋਕ ਸਮਝਦਾਰ ਬਹੁਤ ਹੈ, ਪੜ੍ਹੇ ਲਿਖੇ ਨਾ ਹੋਣ, ਗਰੀਬ ਹੋ ਸਕਦੇ ਹੈ, ਪਰ ਇਹਨਾਂ ਗੱਲਾਂ ਦੇ ਉੱਤੇ ਅਸਲ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਅੱਜ ਉਹ ਚੇਂਜ ਚਾਹੁੰਦੇ ਆ, ਅਤੇ ਉਸ ਨੂੰ ਦੇਖਦੇ ਹੋਏ ਮੈਂ ਸਮਝਦਾ ਵੀ ਰਾਹੁਲ ਗਾਂਧੀ ਜੀ ਇਜ਼ ਦਾ ਰਾਈਟ ਮੈਨ ਐਟ ਦਾ ਰਾਈਟ ਮੂਮੈਂਟ ਫੋਰ ਦਿਸ ਕੰਟਰੀ, ਫੋਰ ਆਰ ਡੈਮੋਕ੍ਰੇਸੀ, ਆਪਣੇ ਲੋਕਤੰਤਰ ਵਾਸਤੇ ਅੱਜ ਇੱਕ ਐਜ਼ ਏ ਸੁਲਝੇ ਹੋਏ ਸੰਸੀਅਰ ਲੀਡਰ ਦੀ ਲੋੜ ਹੈ, ਅਤੇ ਆਈ ਥਿੰਕ ਹੀ ਇਜ਼ ਦੇਅਰ ਐਂਡ ਵੀ ਵਿਲ, ਮੈਨੂੰ ਪੂਰੀ ਉਮੀਦ ਹੈ ਵੀ ਬੜੀ ਥੰਪਿੰਗ ਮੈਜੋਰਟੀ ਦੇ ਨਾਲ, ਗੁਜਰਾਤ ਦਾ ਤੁਸੀਂ ਰਿਜ਼ਲਟ ਦੇਖਿਓ, ਹਿਮਾਚਲ ਦਾ ਰਿਜ਼ਲਟ ਦੇਖਿਓ, ਉਸੇ ਤਰ੍ਹਾਂ ਹੀ ਆਉਣ ਵਾਲੇ 2019 ਦੇ ਵਿੱਚ ਅਸੀਂ ਕਰਕੇ ਕਰਾਂਗੇ। ਕਿਉਂਕਿ ਅੱਜ ਇਹਨਾਂ ਨੇ ਦੇਸ਼ ਦਾ ਭਲਾ ਛੱਡ ਕੇ ਜਿਹੜੀ BJP ਹੈ, ਆ ਸਿਰਫ ਅਤੇ ਸਿਰਫ ਕੁਰਸੀ ਦਾ ਸੋਚ ਰਹੀ ਹੈ, ਕੁਰਸੀ ਕਰਕੇ ਹੁਣ GST ਵੀ ਠੀਕ ਕਰ ਰਿਹਾ, ਨੋਟ ਬਿਕੋਜ਼ ਲੋਕਾਂ ਦੀ ਤਕਲੀਫਾਂ ਇਹਨਾਂ ਨੂੰ ਸਮਝ ਆਈਆਂ, ਗੁਜਰਾਤ ਦਾ ਇਲੈਕਸ਼ਨ ਦਿਖ ਰਹੇ। ਅੱਜ ਮੋਦੀ ਸਾਹਿਬ ਨੂੰ ਕਿਸਾਨ ਦੇ ਕਰਜ਼ੇ 'ਤੇ ਕਹਿੰਦੇ ਮੈਂ ਉਹਨਾਂ ਦਾ ਵਿਆਜ ਮਾਫ਼ ਕਰ ਦੂੰਗਾ,
तीन महीने पहले जो बयान आया उदों कहिंदे तो किसानी तो स्टेट सबजैक्ट है, ये मैं की करा क्योंकि हुण गुजरात दिस रहे असी जिहड़ा काम करदे हां। कैप्टन साहब ने करजे माफ़ी की गल की, पंजाब के लोगों किसानी वास्ते की, फसलां देखो तुसीं दो फसलां कणक की फसल तो झोने वाली जिहड़ी फसल है, मेरे ख्याल से 10 सालों से लोग अकाली राज भुल गए भी आ भी इस तरह भी कोई फसलें चकिया जा रही। कैप्टन साहब के जोड़ा लोगों ने विश्वास सगा उस विश्वास की कसौटी तो पूरे उतरे है, तो उ जी रिप्लीकेट होगा नैशनल लैवल के उ 2019। बहुत बहुत धन्यवाद जाकर साहब, तुम अजीत उप दफ्तर बटाला आए साढ़े नाल पंजाब सरकार और केंद्र के बारे गलत की पार्टी दलां की। सो इतने असी आने पर एक बार फिर अदारा अजीत जी समुची टीम वालों धन्यवाद करते हैं जी। ये इजाजत दो, कुलबीर सिंह गोलेवाल बटाला।